ਸ੍ਰੀ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਟੇਡੀਅਮ ਨੂੰ ਸੁੰਦਰ ਦਿੱਖ ਦਿੱਤੀ ਜਾਣੀ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਰੋਪੜ ਦੇ ਡਿਪਟੀ ਕਮਿਸ਼ਨਰ ਨੇ ਇਸ ਸਟੇਡੀਅਮ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਦੇ ਨਾਲ ਕਈ ਹੋਰ ਅਧਿਕਾਰੀ ਵੀ ਮੌਜੂਦ ਰਹੇ। ਕਾਬਲੇ ਗੌਰ ਹੈ ਕਿ ਇਸ ਸਟੇਡੀਅਮ ਵਿੱਚ ਹੋਲਾ ਮਹੱਲਾ ਮੌਕੇ ਨਿਹੰਗ ਸਿੰਘ ਆਪਣੀ ਕਲਾ ਦੇ ਜੌਹਰ ਵਿਖਾਉਂਦੇ ਨੇ। ਜੋ ਸਾਰੀ ਫੀਡਬੈਕ ਸਾਰੇ ਆਫਿਸਰਸ ਤੋਂ ਮਿਲਿਆ ਹੈਗਾ ਕਿ ਮੇਨ ਜਿਹੜੀ ਹੈ ਇੱਥੇ ਰਸਤਾ ਜਿਹੜਾ ਹੈਗਾ ਇੱਕ ਹੀ ਰਸਤਾ ਹੈਗਾ, ਬਾਕੀ ਪਹਿਲੇ ਰਸਤੇ ਨਹੀਂ ਹੈਗੇ ਆਉਣ ਵਾਸਤੇ, ਜਿਸ ਦੀ ਵਜ੍ਹਾ ਨਾਲ ਕਾਫੀ ਟ੍ਰੈਫਿਕ ਹੋ ਜਾਂਦੀ ਹੈ, ਮਿਸਮੈਨੇਜਮੈਂਟ ਹੋ ਜਾਂਦੀ ਹੈ। ਨਾਲ ਹੀ ਇੱਕ ਹੀ ਐਂਟਰੀ ਰੂਟ ਹੈਗਾ, ਐਗਜ਼ਿਟ ਰੂਟ ਕੋਈ ਨਹੀਂ ਹੈਗਾ। ਦੂਜੀ ਜਿਹੜੀ ਪ੍ਰੋਬਲਮ ਹੈ ਕਿ ਇੱਥੇ ਜਿਹੜਾ ਪਾਣੀ ਹੈਗਾ ਉਹ ਬਾਰਿਸ਼ ਦੇ ਟਾਈਮ 'ਚ ਪਾਣੀ ਆ ਜਾਂਦਾ ਹੈਗਾ, ਜਿਹਦੀ ਵਜ੍ਹਾ ਨਾਲ ਜਿਹੜਾ ਇਨਫਰਾਸਟ੍ਰਕਚਰ ਜ਼ਿਆਦਾ ਵਧੀਆ ਤਰੀਕੇ ਨਾਲ ਮੈਨੇਜ ਨਹੀਂ ਹੋ ਪਾਇਆ। ਅਤੇ ਇਹਦੇ ਨਾਲ ਜਿਹੜੀ ਚਰਨ ਗੰਗਾ ਦੀ ਲਾਈਨਿੰਗ ਕਰਨੀ ਹੈਗੀ ਜਾਂ ਉੱਥੇ ਕੋਈ ਚੈਨਲਾਈਜ਼ ਕਰਨਾ ਹੈਗਾ, ਉਹਦੇ ਵਿੱਚੋਂ ਉਹਦੀ ਬਿਊਟੀਫਿਕੇਸ਼ਨ ਹੈਗੀ, ਉਹ ਸਾਰੀ ਚੀਜ਼ਾਂ ਹੈਗੀ। ਨਾਲ ਹੀ ਜਿਹੜੇ ਘੁੜਸਵਾਰ ਆਉਂਦੇ ਹੈਗੇ, ਨਾਲ ਉਹਨਾਂ ਜਿਹੜੇ ਜੱਥੇ ਆਉਂਦੇ ਹੈਗੇ, ਉਹਨਾਂ ਦੇ ਵਾਸਤੇ ਜਿਹੜਾ ਬੈਠਣ ਦਾ ਜਾਂ ਰਹਿਣ ਦਾ ਜਿਹੜਾ ਹੈਗਾ ਉਹ ਸਾਰੀ ਜਿਹੜੀ ਹੈ ਉਹ ਇਨਫਰਾਸਟ੍ਰਕਚਰ ਬਣਾਉਣ